ਫਾਜ਼ਲਿਕਾ ਦੇ ਪਿੰਡ ਹੀਰਾਵਾਲੀ ਵਿਖੇ ਸ਼ਰਾਬ ਫੈਕਟਰੀ ਦੇ ਨਿਰਮਾਣ ਦਾ ਵਿਰੋਧ। 16 ਦਿਨਾਂ ਤੋਂ ਲੋਕਾਂ ਵੱਲੋਂ ਪੰਜਾਬ ਰਾਜਸਥਾਨ ਨੈਸ਼ਨਲ ਹਾਈਵੇ ਨੂੰ ਕੀਤਾ ਗਿਆ ਹੈ ਜਾਮ। ਫਾਜ਼ਲਿਕਾ ਦੇ ਪਿੰਡ ਹੀਰਾਵਾਲੀ ਵਿਖੇ ਸ਼ਰਾਬ ਫੈਕਟਰੀ ਦੇ ਨਿਰਮਾਣ ਦੇ ਵਿਰੋਧ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਪਿਛਲੇ 16 ਦਿਨਾਂ ਤੋਂ ਜਿੱਥੇ ਲੋਕਾਂ ਵੱਲੋਂ ਪੰਜਾਬ ਰਾਜਸਥਾਨ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ, ਉੱਥੇ ਹੀ ਹੁਣ ਸੁਣਵਾਈ ਨਾ ਹੋਣ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਵੱਲੋਂ ਫਾਜ਼ਲਿਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਉਂਦਿਆਂ ਪਿੰਡ ਵਾਸੀਆਂ ਵੱਲੋਂ ਸੜਕੀ ਆਵਾਜਾਈ ਬੰਦ ਕਰਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸ਼ਰਾਬ ਫੈਕਟਰੀ ਦਾ ਨਿਰਮਾਣ ਕਰਵਾ ਕੇ ਪਿੰਡ ਹੀਰਾਵਾਲੀ ਵਿਖੇ ਨਸ਼ਿਆਂ ਦਾ ਆਗਮਨ ਕਰ ਰਹੇ ਹਨ, ਜਿਸ ਨੂੰ ਲੈ ਕੇ 29 ਪਿੰਡਾਂ ਦੇ ਕਿਸਾਨ ਵਿਰੋਧ ਜਤਾ ਰਹੇ ਨੇ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਫਾਜ਼ਲਿਕਾ ਦੇ ਪਿੰਡ ਹੀਰਾਵਾਲੀ ਵਿੱਚ ਨਵੀਂ ਸ਼ਰਾਬ ਫੈਕਟਰੀ ਦਾ ਨਿਰਮਾਣ ਕਰਵਾ ਰਹੇ ਨੇ, ਜਿਸ ਨਾਲ ਆਲੇ ਦੁਆਲੇ ਪਿੰਡਾਂ ਦਾ ਜ਼ਮੀਨੀ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਇਸ ਦੇ ਨਾਲ ਵਾਤਾਵਰਣ ਵੀ ਦੂਸ਼ਿਤ ਹੋਵੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ ਅਤੇ ਉੱਥੇ ਹੀ ਦੂਸਰੇ ਪਾਸੇ ਇਸ ਫੈਕਟਰੀ ਦਾ ਨਿਰਮਾਣ ਸ਼ੁਰੂ ਕਰਵਾ ਕੇ ਨਸ਼ੇ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਮੌਕੇ ਸੁਰਿੰਦਰ ਕੁਮਾਰ ਬਿੱਲੂ, ਸਰਪੰਚ ਪਿੰਡ ਬੇਂਗਾਵਾਲੀ ਅਤੇ ਅਗਾਂਹਵਧੂ ਕਿਸਾਨ ਗੌਰਵ ਚਿੰਜਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੂੰ ਸਕੂਲ, ਕਾਲਜ, ਹਸਪਤਾਲ ਚਾਹੀਦੇ ਹਨ, ਨਾ ਕਿ ਸ਼ਰਾਬ ਫੈਕਟਰੀਆਂ। ਉਹਨਾਂ ਕਿਹਾ ਕਿ ਪਿੰਡ ਵਾਸੀ ਕਿਸੇ ਵੀ ਸੂਰਤ ਦੇ ਵਿੱਚ ਇਸ ਫੈਕਟਰੀ ਦਾ ਨਿਰਮਾਣ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਸ਼ਰਾਬ ਫੈਕਟਰੀ ਦਾ ਕੰਮ ਨਾ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਜਾਵੇਗਾ। ਮੇਰਾ ਪਿੰਡ ਬੇਗਾਂਵਾਲੀ ਹੈ, ਸਾਡੇ ਹੀਰਾਵਾਲੀ ਬੇਗਾਂਵਾਲੀ ਪਿੰਡ ਨਜ਼ਦੀਕ ਹੈ। ਹੀਰਾਵਾਲੀ ਪਿੰਡ ਦੇ ਕੋਲ ਰਾਣਾ ਸੋਢੀ ਜੀ ਸ਼ਰਾਬ ਦੀ ਫੈਕਟਰੀ ਲਗਾ ਰਹੇ ਹੈ, ਅਸੀਂ ਉਹਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। 2013 ਤੋਂ ਅਸੀਂ ਉਹਨਾਂ ਦੇ ਖਿਲਾਫ਼ ਚੱਲਦੇ ਆ ਰਹੇ ਹਾਂ। ਹੁਣ ਅਸੀਂ 15 ਤਰੀਕ ਤੋਂ ਧਰਨਾ ਲਾਇਆ ਹੋਇਆ, ਤਕਰੀਬਨ ਅੱਜ 15 ਦਿਨ ਹੋ ਗਏ ਸਾਨੂੰ ਹਾਈਵੇ ਜਾਮ ਕਰਕੇ ਬੈਠੇ ਹਾਂ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਅਸੀਂ DC ਦਫ਼ਤਰ ਘੇਰਿਆ ਜੀ, ਇੱਥੇ ਸਾਡੀ ਲੇਡੀਜ਼ ਆਈਆਂ ਹੈ, ਔਰਤਾਂ ਹੈ, ਬੱਚੇ ਹੈ, ਸਾਰਿਆਂ ਨੇ ਆ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਫੈਕਟਰੀ ਨੂੰ ਰੋਕਣ ਵਾਸਤੇ। DC ਸਾਹਿਬ ਨੂੰ ਸਾਨੂੰ ਉਹਨਾਂ ਦੇ ਨਾਲ ਮੀਟਿੰਗ ਕਰਵਾ ਕੇ ਫੈਕਟਰੀਆਂ ਵੇਖਣ ਵਾਸਤੇ ਵੀ ਭੇਜੇ ਸੀ। ਅਸੀਂ ਉੱਥੇ ਜਾ ਕੇ ਉਹਨਾਂ ਪਿੰਡਾਂ ਦਾ ਜੋ ਬੁਰਾ ਹਾਲ ਹੋਇਆ ਉਹਦੀ ਵੀਡੀਓ ਪਲੱਸ ਉਹਨਾਂ ਨੇ ਸਾਨੂੰ ਰਿਟਰਨ 'ਚ ਦਿੱਤਾ, ਉਹ ਸਾਰਾ ਕੁਛ ਅਸੀਂ DC ਦਫ਼ਤਰ ਸਬਮਿਟ ਕਰਵਾਤਾ ਗਿਆ। ਕੀ ਮੰਗ ਕਰਦੇ ਸਰ? ਅਸੀਂ ਮੰਗ ਕਰਦੇ ਹਾਂ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਇਹ ਨਹੀਂ ਲੱਗਣੀ ਚਾਹੀਦੀ, ਇਹਦੇ ਤੋਂ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ, ਲੋਕਾਂ ਦਾ ਜੀਣਾ ਹਰਾਮ ਹੋ ਜਾਣਾ। ਅਗਲੀ ਰਣਨੀਤੀ ਕੀ ਤਿਆਰ ਕਰੋਗੇ ਸਰ? ਅੱਜ ਜੇ ਸਾਡੀ ਇੱਦਾਂ ਸੁਣਾਈ ਨਹੀਂ ਹੋਈ ਤਾਂ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਸਾਡਾ ਅੰਦੋਲਨ ਅੱਜ ਵੀ ਅਸੀਂ ਰੋਡ ਦੇ ਉੱਤੇ ਬੈਠੇ ਹਾਂ ਅਤੇ ਜਿੰਨੀ ਦੇਰ ਤੱਕ ਸਾਡਾ ਮਸਲਾ ਹੱਲ ਨਹੀਂ ਹੋਊਗਾ ਅਸੀਂ ਉੱਥੇ ਹੀ ਬੈਠੇ ਰਹਾਂਗੇ ਅਤੇ ਉਸ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ। ਇਹ ਫੈਕਟਰੀ ਕੌਣ ਲਗਾ ਰਿਹਾ ਜੀ? ਇਹ ਫੈਕਟਰੀ ਰਾਣਾ ਸੋਢੀ ਜੀ ਲਗਾ ਰਿਹਾ। ਫਾਜ਼ਲਿਕਾ ਤੋਂ ਬਖਸ਼ੀ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।